सरकार की जगह उन्होंने डराना चाहिए था सरकार ने इन्नी पराशम ये क्या समझी जाने फिर देखो लोगों ने पढ़ना चाहे ना हले तो पिंजला सा याद रखो मार्शल ब्लड ना बने सा जाने से देव ना काम आ गया सैके जुड़े ना मौला मुर्ता के काले दुश्मन सरकार कौन है न कोई जानना है अनल्लजी सम्मत नहीं उम्मी है तरह बड़ी मऊ मरना ना है तरह क्या इधर है कुछ मऊ नहीं सारा भी जाके आने तो दूसरी वजह के इधर है ना नाने ना नास वो जमा बड़ा बात है उस सत्रह ना सारे की मारियां से मैं कहा बड़ी मऊ मरना ना है तरह क्या पता ना क्या इधर है गुजरिया सरा तो तुझों की ये चंद तारे दसे से याद है तरकी किसे दुश्मन ਅਜ਼ਾਦ ਵਾਲੀ ਬਗਦਾਦ ਸ਼ਹਿਨਸ਼ਾਹ ਜਿਲ੍ਹਾ ਨੇ ਬਾਜੀ ਜਿਹੜੇ ਉਹਨਾਂ ਕੀ ਅੱਲਾਹ ਤਾਲਾ ਨੇ ਮੁਲਕਾਤਾ ਔਰ ਪੂਰੀ ਆਰਮੀ ਕੀ ਜਨਾਬ ਅਸ ਨਹੀਂ ਚਾਹੁੰਦਾ ਜਹਾਦ ਚਾਹੇ ਜਣਾ ਕਿਆ ਕਹੀਂ ਲਾਈ ਜਿਲ੍ਹਾ ਨੂੰ ਤਾਕ ਬੈਠ ਗਈ ਉਹਨਾਂ ਨੇ ਥੋੜਾ ਇੰਤਜ਼ਾ
ਕਰੀ ਕਹਿੰਦਾ ਤੂੰ ਬਦਲ ਬਣਾਇਆ ਤੁਹਾਡੀ ਬਾਰਗਾਹ ਚ ਕਿਹੜਾ ਕਰਨ ਮੌਲਾ ਕਹਿੰਦੀ ਬਦਲ ਬਣਾਈ ਮੈਂ ਬੇੜਾ ਸਾਫ਼ ਕਰ ਸਕਦਾ ਤੂੰ ਤਰਮਕਾ ਤੂੰ ਬਣਾਈ ਮਾਈ ਸਾਹਿਬ ਨੇ ਆਪਣੀਆਂ ਥੱਲੇ ਨੀ ਗਿਆ ਕਣੀਆਂ ਵਾਲੀ ਬਗਦਾਦ ਨੇ ਇੱਕ ਹੋਰ ਵੀ ਪਾਸ ਉਹ ਛੋਟੀ ਉਮਰ ਚ ਇੰਤਕਾਲ ਕਰਾ ਕੇ ਉਹ ਵੀ ਬੜੇ ਸਾਰੇ ਕਸ਼ਮ ਸਰਕਾਰ ਬਗਦਾਦ ਨੇ ਦਾਦਾ ਜੀ ਉਹਨਾਂ ਦਾ ਸ਼ਖਸੀਅਤ ਅਬਦੁੱਲਾ ਸਿੰਘ ਗ੍ਰਾਮੀ ਉਹਨਾਂ ਨੂੰ ਉੱਥੇ ਮਿਲਾ ਉਹਨਾਂ ਨੇ ਵਾਲ ਸਾਹਿਬ ਸਈਦ ਯਹਿਆ ਜ਼ਾਹਿਦ ਉਹਨਾਂ ਨਾਲ ਉਹਨਾਂ ਨੂੰ ਉੱਥੇ ਮਿਲਾ ਉਹਨਾਂ ਨੇ ਵਾਲ ਸਾਹਿਬ ਸਈਦ ਅਬੂ ਮੁਹੰਮਦ ਨੂਰਉਦੀਨ ਜ਼ਕਰੀਆ ਇਹ ਪਹਿਲੇ ਆਦਮੀ ਜਿਹੜੇ ਜਿਲਾਨ ਸ਼ੀਫ ਹੈ ਮਦੀਨਾ ਸ਼ੀਫ ਔਰ ਇੱਕ ਉੱਥੇ ਅੰਬੈਸਡਰ ਹੈ ਈਰਾਨ ਨਾਲ ਫਿਜੂ ਫਿਜੂ ਸਾਥੀ ਉਸ ਕਹਿਣ ਪਤਾ ਨਾਮ ਚਾਹੇ ਰੱਖੇ ਆ ਲੇਕਿਨ ਫਿਜੂ ਫਿਜੂ ਸਭ ਦੋਸਤਾਂ ਦਾ ਨਾਮ ਉਹ ਆਉਣਾ ਫਿਰ ਅਸਾਂ ਸ਼ੀਏ ਹਾਂ ਸਰਕਾਰ ਬਗਦਾਦ ਕੀ ਵੀ ਮੰਨੇ ਹਾਂ ਤੇ ਜਿਲਾਨ ਦੀਆਂ ਇੱਟਾਂ ਨਾਲ ਵੀ ਸਾਡਾ ਕੀ ਪਤਾ ਲੱਗ ਜਿਹੜਾ ਫਿਰ ਔਖੇ ਸੌਖੇ ਹੋਣੇ ਨਾ ਉੱਥੇ ਚਲੇ ਕੇ ਸਾਡੇ ਅੱਲਾਹ ਸਾਡੀ ਤਕਲੀਫ ਦੂਰ ਕਰ ਅੱਲਾਹ ਤਾਲਾ ਉਹਨੂੰ ਰੱਖਣਾ ਸਾਡੀ ਤਕਲੀਫ ਦੂਰ ਕਰ ਇਹ ਚਾਰ ਮਜ਼ਾਰ ਅਸਾਂ ਨੇ ਖਾਨਦਾਨ ਤੇ ਉਹਨਾਂ ਦੇ ਵਾਲ ਸਾਹਿਬ ਉਹਨਾਂ ਦਾ ਮਜ਼ਾਰ ਜਿਹੜਾ ਮਦੀਨਾ ਤਈਬਾ ਹੈ ਇਹ ਸਿਲਸਿਲਾ ਹੈ ਕਿ ਸਰਕਾਰ ਮੌਲਾ ਮੁਰਤਜ਼ਾ ਸ਼ਰੀਫ ਦਾ ਰਜ਼ੀ ਅੱਲਾਹ ਤਾਲਾ ਇਹਨਾਂ ਦਾ ਮਜ਼ਾਰ ਨਜ਼ਫ ਅਸ਼ਰਫ ਸ਼ਰੀਫ ਹੈ ਅਰਾਕ ਨੇ ਇਲਾਕੇ ਤੇ ਉਹਨਾਂ ਦੇ ਸਾਹਿਬਜ਼ਾਦੇ ਨੇ ਸੈਯਦ ਇਮਾਮ ਹਸਨ ਰਜ਼ੀ ਅੱਲਾਹ ਤਾਲਾ ਇਹਨਾਂ ਕੀ 99 ਮਰਤਬਾ ਜ਼ਹਿਰ ਦਿੱਤਾ ਗਿਆ ਸੀ ਬਚ ਗਏ ਸੀ ਆਖਰੀ ਮਰਤਬਾ ਜ਼ਹਿਰ ਦਿੱਤਾ ਗਿਆ 100 ਵਾਰ ਜ਼ਹਿਰ ਆਖਰੀ ਮਰਤਬਾ ਜਦ ਜ਼ਹਿਰ ਦਿੱਤਾ ਗਿਆ ਉਹ ਆਪ ਇੰਤਕਾਲ ਉਹਨਾਂ ਨੂੰ ਮਜ਼ਾਰ ਖਾਤੂ ਨੇ ਜਨਤ ਨੇ ਮਜ਼ਾਰ ਨੇ ਬਿਲਕੁਲ ਬਗਲ ਚਿਹਰੇ ਨਿਸ਼ਾਨਾਤ ਮਿਟਾ ਦਿੱਤੇ ਗਏ ਕਦੇ ਕਰੋੜਾਂ ਅਰਬਾਂ ਰੁਪਏ ਦੀ ਲਾਗਤ ਨਾਲ ਇਹ ਰੋਜ਼ਾ ਸ਼ਰੀਫ ਬਣਾਇਆ ਗਿਆ ਸੀ ਖਾਤੂ ਨੇ ਜਨਤ ਦਾ ਮਜ਼ਾਰ ਸੀ ਇੱਥੇ ਮਦੀਨਾ ਤਈਬਾ ਇਹਨਾਂ ਦੇ ਸਾਹਿਬਜ਼ਾਦੇ ਸੈਯਦ ਹਸਨ ਮੁਸੰਨਾ ਜਿਹੜੇ ਮੈਦਾਨ ਕਰਬਲਾ ਵਿੱਚ ਜ਼ਖਮੀ ਹੋਏ ਸਨ ਇਹਨਾਂ ਨੂੰ ਉਸੇ ਵਜ੍ਹਾ ਤੋਂ ਇਹਨਾਂ ਨੂੰ ਛੋੜ ਦਿੱਤਾ ਸੀ ਜਿਸ ਵਜ੍ਹਾ ਤੋਂ ਇਮਾਮ ਜ਼ੈਨ ਅਬਦੀਨ ਨੂੰ ਉਹਨਾਂ ਛੋੜਿਆ ਸੀ ਉਹਨਾਂ ਨੂੰ ਬਿਮਾਰ ਸਮਝ ਕੇ ਛੋੜਿਆ ਸੀ ਇਹਨਾਂ ਨੂੰ ਜ਼ਖਮੀ ਕਰ ਮੰਨ ਕੇ ਛੋੜਿਆ ਇਹਨਾਂ ਦਾ ਨਿਕਾਹ ਹਜ਼ਰਤ ਇਮਾਮ ਹੁਸੈਨ ਰਜ਼ੀ ਅੱਲਾਹ ਅਨਹੁ ਨੇ ਆਪ ਆਪਣੀ ਲੜਕੀ ਨਾਲ ਹਜ਼ਰਤ ਸੈਯਦਾ ਫਾਤਿਮਾ ਕੁਬਰਾ ਸਨ ਜਿਹੜੀ ਅਸਾਂ ਦੀ ਦਾਦੀ ਹੈ ਉਹਨਾਂ ਨਾਲ ਇਹਦਾ ਨਿਕਾਹ ਕੀਤਾ ਸੀ ਔਰ ਇਹਨਾਂ ਦਾ ਮਜ਼ਾਰ ਬਗਦਾਦ ਸ਼ਹਿਰ ਉਹ ਸਬਬ ਇਹ ਹੋਇਆ ਕਿ ਉਸ ਸੈਯਦ ਜ਼ੈਦ ਬਿਨ ਅਲੀ ਇਮਾਮ ਜ਼ੈਨ ਅਲਾਬਦੀਨ ਰਜ਼ੀ ਅੱਲਾਹ ਅਨਹੁ ਬੜੇ ਸਾਹਿਬਜ਼ਾਦੇ ਜਿਹੜੇ ਸੀ ਉਹਨਾਂ ਦੀ ਜੰਗ ਹੋ ਰਹੀ ਸੀ ਹਕੂਮਤ ਵਕਤ ਨਾਲ ਉਹਨਾਂ ਕੀ ਸ਼ਹੀਦ ਕਰਕੇ ਉਹਨਾਂ ਦੀ ਲਾਸ਼ ਬਗਦਾਦ ਸ਼ਹਿਰ ਨੇ ਚੌਰਾ ਵੀ ਟੰਗ ਦਿੱਤੀ ਇਸ ਨਦੀ ਕਰਕੇ ਲੇਕਿਨ ਰਾਤੀ ਟੰਗੀ ਗਈ ਸੀ ਅੱਲਾਹ ਤਾਲਾ ਨੇ ਮੱਕੜੀ ਨੂੰ ਭੇਜਿਆ ਮੱਕੜੀ ਨੇ ਆਪ ਦੇ ਬਦਨ ਤੇ ਜਾਲਾ ਕਰ ਦਿੱਤਾ ਆਪ ਨੂੰ ਕਿਸੇ ਸ਼ਖਸ ਨੇ ਬੇਹਿਜਾਬ ਨਹੀਂ ਦੇਖਿਆ ਚਾਰ ਸਾਲ ਟੰਗੀ ਰਹੀ ਮਗਰ ਕਿਸੇ ਜਾਨਵਰ ਨੇ ਆਪ ਨੇ ਬਦਨ ਕੀ ਛੋਇਆ ਨਹੀਂ ਇਤਨੀ ਵਾਜ਼ੇ ਕਰਾਮਾਤ ਦੇ ਬਾਵਜੂਦ ਉਸ ਕੌਮ ਤੋਂ ਵਕਤ ਨਹੀਂ ਸੀ ਕੀਤੀ ਜਿਹਨਾਂ ਨੂੰ ਅਵਸੇ ਦੁਨੀਆਂ ਨੇ ਕਹਿ ਲਿਆ ਸੀ ਉਸ ਵਕਤ ਉਹਨਾਂ ਨੇ ਇਹ ਸਮਝਿਆ ਸੀ ਕਿ ਹੋਰ ਕੋਈ ਬੰਦਾ ਅਹਿਲੇ ਬੈਤ ਜੀ ਜਿਹੜਾ ਜੀਣਾ ਕਿਸਮ ਦਾ ਉਸਨੂੰ ਪਕੜੀਏ ਤੇ ਉਸਨੂੰ ਦੁੱਖ ਦਈਏ ਤਾਂ ਕਿ ਇਹਨਾਂ ਦੇ ਅੰਦਰ ਲੜਨੇ ਮਰਨੇ ਦੀ ਜਿਹੜੀ ਤਾਕਤ ਹੈ ਉਹ ਖਤਮ ਹੋ ਜਾਏ ਜਿਹੜੀ ਇਸ ਮੌਜੂਦਾ ਗਵਰਨਮੈਂਟ ਜੋ ਬੁਰਾਈ ਹੈ ਬੇਰਜਾਈ ਕਰਨਾ ਚਾਹੁੰਦੀ ਆਸਾਨ ਨਾ ਕਰ ਸਕੇ ਇਸ ਗਰਜ਼ ਵਾਸਤੇ ਉਹਨਾਂ ਨੇ
लाश की तरह पता लगा इमाम हसन मुसन्ना खानदान नबूवत ने चंद और नौजवाना और खातूना समेत वो गए हुए मक्के शरीफ उतु वापस आए राबे मनोकाम है राबी जैसे बड़े सोनिया खजूरा पानी थे खेत बड़े हरियावल थे इस मकाम तो आके इमाम हसन मुसन्ना को गिरफ्तार किया गया मैं 16 अफराद हैं कि सारे खानदान नबूवत हैं पास इन्हें की लियाक है बगदाद शरीफ एक मकान बंद कर दिया गया और बल्ब लेप दिता गया अंदर दम घुट कर उन्होंने इंतकाल है उन्होंने 16 बंदे के मजारात जो हरा गए इन्होंने साहबजादे जेडे हजरत इमाम हुसैन रज़ी अल्लाह तआला अन्हु नवासे सन उन्होंने इस्म ग्रामी सईद अब्दुल्ला मैज मैज ने इस मुनासबत न कहने कि मैज आले खालिस ये पहला सईद सी जिसकी माँ भी सईदा थी नहीं तो होर कोई ऐसा सईद नहीं सी पैदा होया जिसकी वालदा भी सईदा थी इन्होंने वालदा साहब इस्म ग्रामी सईद फातिमा कुबरा इमाम हुसैन रज़ी अल्लाह तआला इन साहबजादियां पाकां सन एक ना नाम फातिमा सुगरा फातिमा कुबरा फातिमा वस्ता तो उन्होंने साहबजादे हैं सैयद मूसा अल जून आले गंदम ये खानदान नबूत पहला बंदा सी जो कणक बने रहा इस वक्त इन्होंने मूसा अल जून कह रहा उन्होंने साहबजादे सैयद अब्दुल्ला सानी उन्होंने साहबजादे मोहम्मद अबू बकर दाऊद ये सारे मजारात एक हजरत मौला मुर्तजा का मजार हजी फजरम दूसरा हजरत इमाम हसन मुसन्ना का ये बगदाद शरीफ बाकी सारे मजार जो दसे ये सैयद अब्दुल्ला मैस सैयद मूसा जून सैयद अब्दुल्ला सानी सैयद मूसा सानी सैयद मोहम्मद अबू बकर दाबूद ये सारे मजारात जो ये मदीना दी है तो हजरत सैयदा खातून जन्नत जिन्होंने वास्ते ना असारा शजर नबी पाक का सामना मिलना उन्होंने मजार ही मदीना तजबा है नबी करीम साहब जो सारे गुरसियाल है उन्होंने बाजार मदीना तरीबा इस तरीके से मदीना तरीबा तो चल के अपने शहर आए अपने शहर चल के ताज बाग पुस्ट खानदान की हिस्ट्री है जितने बुजुर्गों ने ना ले अलहमदुल्ला इन्होंने पूरा रिकॉर्ड मुकम्मल पैदा कदन हो वफात कदन पाई है कि शख्स को पढ़िया जो मशहूर असातिज़ा कड़े सन के इलम खूबी इम्तियाज रखे सन एक घोड़िया पर चढ़े उन्होंने घोड़िया ने ना के सन एक कि जगह उन्होंने शादियां की इन्होंने कितने बच्चे और कड़े कड़े मुल्क गए अलहमदुल्ला तकरीबन मुकम्मल रिकॉर्ड नबी करीम साहब ने घर को चल के ना इन्ना साहब अलहमदुल्ला मुकम्मल और बस में जरूर जल्द जरूरत हो उसे पेश किया जा सकता अज नहीं जी कोई तकलीफ हो तो तकलीफ है सब ने ख्याल कर मैंने लिखा तारी जी मैं ना कर सकूँ तकरीर तो नहीं सुनाई सकी खानदान ने जरा पूरी दुनिया करना अज एक बुजुर्ग तशीर आए इन्होंने आने का शुरू गुजार भी हैं इन्होंने देर ना तशीर आने ने कंप्लेंट भी है बैन बैन फैसला करना अपनी नाराजगी भी बरकरार रखना शुक्रिया भी अदा करना करने के त्रै त्रै चार चार मिनट नाथ पढ़न पांच पांच मिनट तक क्लीर कर इसलिए हम जो गुस्सा चढ़िया ना हजूर शाह साहब रहमतुल्लाह बना अपना दुआ कर आप हमें वो उल्लू ने पठिया मिल रहा रोज चढ़े मैं दुआ के लिए रेट बरस अज ना मैं ऐसी याद रखे कि दो फंक्शन से उन्होंने इजाफा उसका इतना अच्छा एक जिहड़ी गैरमशी क्रिसमस ने अयाम चा सी वो इंशाला अच्छी शान और दूसरा है कि फायदा क्रिसमस ने अयाम सारे साथी मेरा बार के प्रोग्राम रखने के बजाय दो हफ्ते दिन छुट्टियां मुकम्मल करने की कोशिश करो ताकि 15 दिन कोर्स रख के साथियों कोर्स तैयार कर दिया जाए कि पूरे ग्रुप मेरा